ਇੱਕ ਦਿਨ ਪਹਿਲਾਂ ਹੀ ਪਰਿਵਾਰ ਨੇ ਵਿਦੇਸ਼ ਬੈਠੀ ਧੀ ਨਾਲ ਕੀਤੀ ਸੀ ਗੱਲ। ਕੁਝ ਸਮੇਂ ਬਾਅਦ ਹੀ ਆਈ ਮੌਤ ਦੀ ਖਬਰ। ਫੁੱਟ ਫੁੱਟ ਕੇ ਰੋ ਰਹੇ ਮਾਂ ਪਿਓ। ਤਾਂ ਦੱਸ ਦਈਏ ਕਿ ਵਿਦੇਸ਼ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ 22 ਸਾਲਾ ਲੜਕੀ ਦੀ ਅਚਾਨਕ ਮੌਤ ਹੋ ਗਈ ਹੈ। ਤਾਂ ਇੱਕ ਦਿਨ ਪਹਿਲਾਂ ਹੀ ਪਰਿਵਾਰ ਦੇ ਨਾਲ ਉਸਦੀ ਗੱਲਬਾਤ ਹੋਈ ਸੀ ਅਤੇ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਮੌਤ ਹੋ ਜਾਣ ਦੀ ਖਬਰ ਮਿਲਦੀ ਹੈ, ਜਿਸ ਤੋਂ ਬਾਅਦ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਤਾਂ ਦੱਸ ਦਈਏ ਕਿ ਮਾਮਲਾ ਮਲੇਰਕੋਟਲਾ ਤੋਂ ਸਾਹਮਣੇ ਆਇਆ, ਜਿੱਥੇ ਅਨੂ ਮਾਲੜਾ 4 ਸਾਲ ਪਹਿਲਾਂ ਸਟੱਡੀ ਵੀਜ਼ਾ 'ਤੇ ਕੈਨੇਡਾ ਗਈ ਸੀ। ਤਾਂ ਉੱਥੇ ਉਸਦੀ ਵੱਡੀ ਭੈਣ ਪਹਿਲਾਂ ਹੀ ਵਰਕ ਪਰਮਿਟ 'ਤੇ ਕੰਮ ਕਰਦੀ ਸੀ। ਤਾਂ ਅਨੂ ਮਾਲੜਾ ਨੂੰ ਕੁਝ ਸਮਾਂ ਪਹਿਲਾਂ ਮਾਂ ਪਿਓ ਖੁਦ ਕੈਨੇਡਾ ਜਾ ਕੇ ਮਿਲ ਕੇ ਆਏ ਸੀ, ਪਰ ਅਚਾਨਕ 22 ਸਾਲਾ ਇਸ ਨੌਜਵਾਨ ਲੜਕੀ ਦੇ ਸਰੀਰ 'ਤੇ ਫਿੰਸੀਆਂ ਦੇ ਨਿਸ਼ਾਨ ਹੁੰਦੇ ਨੇ, ਜਿਸ ਤੋਂ ਬਾਅਦ ਕਈ ਵਾਰ ਦਵਾਈ ਵੀ ਇਸ ਨੂੰ ਭੇਜੀ ਗਈ ਸੀ ਅਤੇ ਇਹ ਠੀਕ ਵੀ ਹੋ ਗਈ ਸੀ ਅਤੇ ਦੁਬਾਰਾ ਕੰਮ 'ਤੇ ਵੀ ਚਲੀ ਗਈ ਸੀ। ਦੱਸ ਦਈਏ ਕਿ 2 ਸਾਲ ਦੀ ਸਟੱਡੀ ਪੂਰੀ ਹੋਣ ਤੋਂ ਬਾਅਦ ਹੁਣ ਉਹ ਵਰਕ ਪਰਮਿਟ 'ਤੇ ਕੰਮ ਕਰ ਰਹੀ ਸੀ। ਤਾਂ ਦੱਸ ਦਈਏ ਕਿ ਪਰਿਵਾਰ ਇੱਕ ਦਿਨ ਪਹਿਲਾਂ ਹੀ ਇਸ ਦੇ ਨਾਲ ਗੱਲ ਕਰਕੇ ਹਟਿਆ ਸੀ। ਫੋਨ 'ਤੇ ਗੱਲ ਹੋਈ ਸੀ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਉਹ ਠੀਕ ਹੈ ਅਤੇ ਕਿਹਾ ਕਿ ਖਾਣਾ ਪੀਣਾ ਵੀ ਉਹ ਸਹੀ ਟਾਈਮ 'ਤੇ ਖਾਂਦੀ ਹੈ। ਤਾਂ ਅਨੂ ਮਾਲੜਾ ਦੇ ਮਾਤਾ ਪਿਤਾ ਨੇ ਦੋਨਾਂ ਧੀਆਂ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ। ਤਾਂ ਇਸ ਬਿਮਾਰੀ ਦੇ ਚੱਲਦਿਆਂ ਅਨੂ ਮਾਲੜਾ ਵੀ ਇਸ ਮਜਬੂਰੀ ਬਸ ਭਾਰਤ ਆ ਕੇ ਇਲਾਜ ਇਸ ਲਈ ਨਹੀਂ ਕਰਵਾ ਸਕੀ ਕਿਉਂਕਿ ਉਸਨੂੰ ਪਤਾ ਸੀ ਕਿ ਜੇਕਰ ਕੰਮ ਤੋਂ ਹਟ ਗਈ ਤਾਂ ਫਿਰ ਕਰਜ਼ੇ ਦੀ ਬੋਝ ਹੋਰ ਵਧੇਗੀ। ਪਰ ਅਜਿਹਾ ਭਾਣਾ ਵਰਤ ਗਿਆ ਕਿ ਪਰਿਵਾਰ ਨੂੰ ਫੋਨ ਆਉਂਦਾ ਕਿ ਅਨੂ ਮਾਲੜਾ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪੂਰੇ ਪਰਿਵਾਰ ਸਮੇਤ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਹਾਂਜੀ, ਪਰਸੋਂ ਆਇਆ ਸੀ, ਮੇਰੇ ਨਾਲ ਪਰਸੋਂ ਗੱਲ ਹੋਈ ਆ, ਮੈਨੂੰ ਨਹੀਂ ਸੀ ਪਤਾ ਉਹਦੀ ਆਖਰੀ ਵਾਰ ਦੀਆਂ ਗੱਲਾਂ ਨੇ ਮੇਰੀ ਧੀ ਨਾਲ। ਵੀਰ ਜੀ, ਉਹ ਬਿਲਕੁਲ ਠੀਕ ਸੀ, ਮੈਨੂੰ ਉੱਠ ਕੇ ਖੜੀ ਹੋ ਕੇ ਮੈਨੂੰ ਹੱਥ ਲਾ ਲਾ ਦਿਖਾਉਂਦੀ ਆ, ਮੰਮੀ ਮੇਰੇ ਹੱਥ ਠੀਕ ਨੇ, ਤੁਸੀਂ ਹੌਸਲਾ ਨਾ ਛੱਡੋ, ਮੈਂ ਰੋਟੀ ਵੀ ਖਾਧੀ ਆ ਮੰਮਾ, ਮੈਂ ਦੀਦੀ ਨਾਲ ਹੀ ਆਊਂਗਾ ਕਹਿੰਦੀ ਤੁਹਾਨੂੰ ਮਿਲਣ। ਪਰ ਵੀਰ ਜੀ, ਮੈਨੂੰ ਨਹੀਂ ਸੀ ਪਤਾ ਉਹ ਕੀ ਕਹੀ ਜਾਂਦੀ ਆ, ਆਖਰੀ ਵਾਰ ਗੱਲਾਂ ਕਰਦੀ ਆ, ਮੈਂ ਨਾ ਫੋਨ ਕੱਟਦੀ, ਰੱਬ ਨੇ ਮੇਰੀ ਧੀ ਕਾ ਤੋਂ ਚੱਕ ਲਈ ਮੇਰੇ ਕੋਲੋਂ, ਉਹਨੇ ਜਵਾਕੜੀ ਨੇ ਕੀ ਵਿਗਾੜਿਆ ਸੀ ਉਹਦਾ, ਬਹੁਤ ਨਿਆਣੀ ਸੀ ਬਾਈ, ਮਤਾ ਨਹੀਂ ਸੀ ਦੀਦੀ ਦਾ ਵਿਆਹ ਕਰਦਾ, ਮੈਂ ਤੁਹਾਨੂੰ ਆਪਦੇ ਨਾਲ ਰੱਖੂਗਾ, ਮੈਂ ਵਿਆਹ ਨਹੀਂ ਕਰਾਉਣਾ, ਮੈਂ ਤੁਹਾਨੂੰ ਮੰਮੀ ਦੁਨੀਆ ਦੀ ਗੈਰ ਕਰਾਉਂ, ਵੀਰ ਜੀ ਉਹ ਮੁੰਡਿਆਂ ਵਾਂਗੂ ਰਹਿੰਦੀ ਮੇਰੀ ਧੀ, ਅਸੀਂ ਮਿਲ ਕੇ ਆਇਆ ਵੀਰ ਜੀ, 2 ਮਹੀਨੇ ਲਾ ਕੇ ਆਏ ਆ, ਉਹਨੇ ਸਾਨੂੰ ਇੰਨੀ ਸੈਰ ਕਰਾਈ, ਇੰਨੀ ਸੈਰ ਕਰਾਈ ਸਾਨੂੰ, ਸਾਨੂੰ ਨਹੀਂ ਸੀ ਪਤਾ ਵੀ ਇਹ ਜਾਂਦੀ ਵਾਰ ਦੀਆਂ ਸੈਰਾਂ ਨੇ, ਜਾਣ ਹੀ ਲਿਆਉਂਦੀ, ਮੈਂ ਉਹਨੂੰ ਜਾਣ ਹੀ ਨਹੀਂ ਸੀ ਦਿੰਦੀ, ਰੱਬ ਨੇ ਮੇਰਾ ਹੀਰਾ ਪੁੱਤ ਖੋਲਿਆ, ਮੇਰੇ ਤੋਂ ਮੇਰਾ ਹੀਰਾ ਖੋਲਿਆ, ਬਹੁਤ ਦਲੇਰ ਸੀ ਮੇਰੀ ਧੀ, ਸਾਨੂੰ ਡਿੱਗਣ ਨਹੀਂ ਸੀ ਦਿੰਦੀ ਜਮਾਂ ਵੀ ਉਹ।
ਅਮੀਰ ਜੀ ਮੈਨੂੰ ਜਾਂਦੀ ਵਾਰ ਮੇਰੀ ਧੀ ਮਿਲਾ ਦੋ, ਮੈਂ ਇੱਕ ਵਾਰ ਉਹਨੂੰ ਆਪਦੇ ਢਿੱਡ ਨਾਲ ਲਾ ਲਾ, ਬਹੁਤ ਬਹੁਤ ਧੰਨਵਾਦ ਹੋਊਗਾ। ਕੱਲ ਜੀ ਮੇਰੀ ਬੇਟੀ ਨਾਲ ਗੱਲ ਹੋਈ ਸੀ, ਉਹ ਕਹਿੰਦੀ ਮੈਂ ਠੀਕ ਠਾਕ ਆ ਜੀ, ਮੈਂ ਉਹਦੇ ਅੱਲਾ ਸਾਰਾ ਕੁਛ ਦੇਖਿਆ ਜੀ, ਲੱਤਾਂ ਵੀ ਦੇਖੀਆਂ, ਭਾਹ ਵੀ ਦੇਖਿਆ, ਮੂੰਹ ਵੀ ਦੇਖਿਆ, ਸਾਰਾ ਜਮਾਂ ਠੀਕ ਸੀ, ਤੁਹਾਡੇ ਵੀ ਦੇਖਿਆ ਜੀ, ਰਾਤੋਂ ਰਾਤ ਪਤਾ ਨਹੀਂ ਕੀ ਹੋ ਗਿਆ ਜੀ, ਇਹ ਨਹੀਂ ਹੁਣ ਪਤਾ ਜੀ ਕੀ ਹੋਇਆ, ਅਤੇ ਬਹੁਤ ਤੂੰ ਤਾਂ ਠੀਕ ਠਾਕ ਸੀ ਜੀ, ਪਿੰਸੀਆਂ ਜੀ ਦੀ ਰਾਤ ਕੜੇਵਾ ਹੁੰਦਾ ਸੀਗਾ, ਬਾਂਹ ਸੁੱਜ ਜਾਂਦੇ ਸੀਗੇ, ਇੱਥੇ ਜੋੜਾਂ 'ਚ ਦਰਦ ਹੁੰਦਾ ਸੀ, ਸਾਰੇ ਸੁੱਜੇ ਪਏ ਸੀਗੇ, ਸੁੱਜੇ ਦਾ ਫੋਟੋ ਤਾਂ ਦੇਖ ਸਕੀਏ। ਹਾਂਜੀ ਪਹਿਲਾਂ ਠੀਕ ਸੀ, ਹੁਣ ਵਾਲ ਝੜਨ ਲੱਗ ਗਏ ਸੀਗੇ ਜੀ, ਪਹਿਲਾਂ ਜਦੋਂ ਸ਼ੁਰੂ ਤੋਂ ਬਾਅਦ ਅਤੇ ਬਿਮਾਰੀ ਤੋਂ ਲੱਤਾਂ ਦੇ ਲੱਤਾਂ ਫੈਂਸੀਆਂ ਧੱਫੜ ਬਣ ਗਏ ਸੀਗੇ, ਸਾਰਾ ਕੁਛ ਉਹਦੇ ਜ਼ਿੰਦਗੀ, ਇੱਕ ਬਿਮਾਰੀ ਜਬ ਦਵਾਈ ਭੇਜਦੀ ਦੂਜੀ ਬਿਮਾਰੀ ਉੱਠ ਖੜਦੀ ਸੀ, ਪਤਾ ਨਹੀਂ ਜੀ ਕੀ ਘਾਲ ਲੈ ਕੇ ਬਹਿ ਗਿਆ ਉੱਤਰ ਜਾ ਕੇ। ਹਾਂਜੀ ਉਹਨਾਂ ਨੇ ਕੰਮ ਤੋਂ ਵੀ ਹਟਾਤਾ ਸੀਗਾ ਜੀ, ਉਹਨਾਂ ਨੇ ਕੰਮ ਤੋਂ ਹਟਾਤਾ ਸੀਗਾ। ਹਾਂਜੀ ਅਸੀਂ ਗਏ ਸੀਗੇ ਜੀ, ਲਾ ਕੇ ਆਏ ਜੀ, ਦੋ ਮਹੀਨੇ ਲਾ ਕੇ ਆਏ ਸੀ। ਕੰਮ ਕਰਨਾ ਚਾਹੇ ਆ? ਨਹੀਂ ਕੰਮ ਨਹੀਂ ਜੀ, ਕਰ ਦਿੱਤਾ ਜਵਾਕਾਂ ਨੇ ਜੀ, ਕੰਮ ਨਹੀਂ ਕਰਨੇ ਕਰਨ ਦਿੱਤਾ ਨਾ। ਹਾਂਜੀ ਬੇਟੀ ਨੇ ਨਹੀਂ ਕਰਨ ਦਿੱਤਾ? ਨਹੀਂ ਜੀ ਨਹੀਂ ਨਹੀਂ ਜੀ, ਕਹਿੰਦੀ ਨਹੀਂ ਜੀ, ਕਹਿੰਦੇ ਦੋ ਮਹੀਨੇ ਬਹਿ ਕੇ ਐਸ਼ ਕਰਾਉਣੀ ਹੈ ਪਿਤਾ ਨੂੰ, ਆਰਾਮ ਕਰਨ ਲਾਤਾ ਆਪ ਨੂੰ, ਐਸ਼ ਕਰਾਉਣੀ ਹੈ, ਬਹੁਤ ਬਹੁਤ ਵੱਡੇ ਵੱਡੇ ਸੁਪਨੇ ਦਵਾਏ ਸੀ, ਕਹਿੰਦੀ ਜੀ ਡੈਡੀ ਮੈਨੂੰ ਪੀ ਆਰ ਹੋ ਗਈ, ਮੈਂ ਤੈਨੂੰ ਕਹਿੰਦੀ ਆਪਾਂ ਬੇਟੀ ਵੱਡੀ ਦੀਦੀ ਦਾ ਵਿਆਹ ਕਰਕੇ ਮੈਂ ਤੁਹਾਨੂੰ ਨਾਲ ਹੀ ਰੱਖੂ, ਆਪਾਂ ਸਾਰੇ ਘੁੰਮਾਵਾਂ ਫਿਰਾਂਗੇ, ਕਹਿੰਦੀ ਸਾਰਾ ਕੁਛ ਕਰਦੀ ਸੀ, ਐਂ ਨਹੀਂ ਪਤਾ ਸੀ ਸਾਰਾ ਕੁਛ ਵਿੱਚ ਹੀ ਰਹਿ ਜਾਣਾ, ਫਿਰ ਵਿੱਚ ਹੀ ਰਹਿ ਗਿਆ ਸਾਰਾ ਕੁਛ, ਮੈਨੂੰ ਜਦੋਂ ਕਹਿੰਦੀ ਡੈਡੀ ਜਦੋਂ ਮੈਨੂੰ ਹੌਸਲਾ ਰੱਖ ਤੂੰ ਫਿਕਰ ਨਾ ਕਰਿਆ ਕਰ, ਮੈਂ ਚੱਲ ਠੀਕ ਠਾਕ ਆ, ਚਾਹੇ ਪਤਾ ਨਹੀਂ ਕਿਵੇਂ ਬਿਮਾਰ ਜੀ ਉਹਦਾ, ਪਰ ਹੁਣ ਮੈਨੂੰ ਕਦੇ ਨਹੀਂ ਸੀ ਦੱਸਿਆ ਕਿ ਡੈਡੀ ਮੈਂ ਇੱਥੇ ਬਿਮਾਰ ਹਾਂ ਜਾਂ ਕੁਛ ਵੀ ਆ, ਕੁਛ ਵੀ ਨਹੀਂ ਉਹਨੂੰ ਦੱਸਿਆ, ਮੇਰੇ ਕੋਲ ਤਾਂ ਨੋਰਮਲ ਨਾਲ ਹੋ ਕੇ ਦਿਖਾਉਂਦੀ ਸੀ, ਇਹ ਨਹੀਂ ਪਤਾ ਕੱਲ੍ਹ ਜਿਹੜਾ ਮੇਰੇ ਸਾਹਮਣੇ ਆਈ ਹੈ ਵੀ ਕੈੜੀ ਹੋ ਕੇ ਆਈ ਆ, ਪਤਾ ਨਹੀਂ ਕਿਵੇਂ, ਇਹ ਨਹੀਂ ਮੈਨੂੰ ਪਤਾ ਨਹੀਂ ਸਾਰਾ ਕੁਛ ਜਿਹੜਾ ਕਰ। ਗੱਲ ਠੀਕ ਠਾਕ ਸੀ, ਮੋਟੇ ਮੋਟੇ ਸਾਰਾ ਕੁਛ ਦੇਖਿਆ ਸੀ, ਸਾਰਾ ਕੁਛ ਸਹੀ ਠੀਕ ਠਾਕ ਸੀ। ਹਾਂਜੀ ਹਾਂਜੀ ਤੂੰ ਮਗਰੋਂ ਤੂੰ ਬਾਅਦ 'ਚ ਚੰਦ ਫੋਨ ਆਇਆ ਜੀ, ਫਿਰ ਪਤਾ ਲੱਗਾ ਸਾਡੀ ਵੱਡੀ ਬੇਟੀ ਮੇਰੇ ਬੇਟੇ ਕੀ ਕਹੂੰਗੀ, ਲੋਕ ਆਪਦੇ ਜਾਨ ਦੇ ਟੁਕੜੇ ਬਾਹਰ ਭੇਜਦੇ ਨੇ ਜੀ, ਕੀ ਕਰਦੇ, ਕੋਈ ਫਾਇਦਾ ਨਹੀਂ ਜੀ ਭੇਜਣਾ, ਮੈਂ ਕਹਿੰਦਾ ਲੋਕ ਕਰਦੇ ਜਵਾਕਾਂ ਨੂੰ ਬਾਹਰ ਨਾ ਭੇਜੋ, ਕੋਈ ਵੀ ਕੋਈ ਫਾਇਦਾ ਨਹੀਂ ਹੈਗਾ, ਸਮਝਦੇ ਜਿਹੜਾ 35-40 ਲੱਖ ਰੁਪਇਆ ਲਾ ਕੇ ਭੇਜੀ ਸੀਗੀ ਸਾਰਾ ਲੋਕਡਾਊਨ 'ਚ, ਭੇਜੀ 'ਚ ਇੰਨਾ ਪੈਸਾ ਲੱਗਾ 40 ਲੱਖ ਰੁਪਇਆ ਲਾ ਕੇ, ਸਰਕਾਰ ਤੋਂ ਮੰਗ ਕਰਦਾ ਜੀ ਮੇਰੀ ਬੇਟੀ ਇੱਧਰ ਭੇਜੀ ਜਾਵੇ, ਅਸੀਂ ਉਹਨੂੰ ਸੱਚ ਘਰ ਆਪਦੇ ਹੱਥਾਂ ਨਾਲ ਕਰੀਏ, ਉਹਦੀ ਦੇਖ ਸਕੀਏ।